ਹਾਂਜੀ ਸਾਰੇ ਜੀ ਨੂੰ ਨਮਸਤੇ ਆਪਣੇ ਮਾਂਚਲੀ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਰੈਸਪੀ ਹੈ ਗੰਢਾਲੀ ਫਰਾਈ ਕਨੇ ਇਹਨਾਂ ਜੋ ਕਈਆਂ ਜਗ੍ਹਾ ਜਿਨ ਅਰਬੀ ਵੀ ਬੋਲਦੇ ਕਚਾਲੋ ਵੀ ਬੋਲਦੇ ਕਨੇ ਗੰਢਾਲੀ ਵੀ ਬੋਲਦੇ ਤੇ ਇਹ ਦੇਖ ਵਧੀਆ ਗੇ ਉਬਾਲੇ ਲਈ ਗਿਓ ਥੀ ਕਨੇ ਫੇਰੀ ਛਿੱਲੀ ਕਰੀ ਛੋਟੇ ਛੋਟੇ ਗੋਲ ਟੁਕੜੇ ਜਹਾਂ ਹਾਂ ਇਹ ਕੱਟੀ ਲਈ ਹੋਏ ਕਨੇ ਬੜੀ ਆਸਾਨੀ ਨਾਲ ਉਬਲਈ ਹੋਏ ਦੋ ਤੇ ਤਿੰਨ ਸੀਟੀਆਂ ਲਗਾਈਆਂ ਤੇ ਕਨੇ ਬੜੀ ਉਬਲੀ ਕਨੇ ਛਿਲਕਾ ਬੜੀ ਆਸਾਨੀ ਨਾਲ ਨਿਕਲ ਗਿਆ ਕਨੇ ਵਾਲਨੇ ਨੇ ਇੱਕ ਫਾਇਦਾ ਰੰਦ ਕੀ ਜੀ ਗਲੇ ਚ ਥੋੜੀ ਖੁਜਲਾਨਦੀ ਤਾਂ ਸਹਿ ਵੀ ਨਹੀਂ ਖੁਜਲਾਨਦੀ ਹੈ ਉਬਾਲੀ ਕਰੀ ਤੇ ਦੇਖਾ ਗੋਲ ਪੀਸਾਂ ਚ ਕੱਟੀ ਲਈਏ ਤਾਂ ਟੁੜਕਾ ਲਗਾਉਂਦੇ ਤਾਂ ਟੁੜਕਾ ਲਗਾਣੇ ਤੇ ਦੇਖਾ ਕੜਾਏ ਰਹੀਤੀ ਉਸੇਸਾ ਪਰ ਕਨੇ ਲਵਗਾ 2 ਕਿ ਚਮਚ ਤੇਲੇ ਦੇ ਪਾਈ ਤੇਨ ਕੋੜੇ ਤੇਲੇ ਦੇ ਕਨੇ 19 ਚ ਦੇਖਾ ਆਧਾ ਆਧਾ ਚਮਚ ਰਾਈ ਕਨੇ ਜੀਰਾ ਪਾਈ ਜਾਣਾ ਕਨੇ ਵਧੀਆ ਕਿ ਹਾਂ ਦੋਨੋਂ ਜੀਰਾ ਰਾਈ ਭੁੰਨੀ ਲੈਣੇ ਹਨ ਤੇ ਦੇਖਾ ਰੰਗ ਚੇਂਜ ਹੋਈ ਹੈ ਕਨੇ ਇੱਕ ਚੁਸਾਈ ਚਮਚ ਇਸ ਦੀਂਗ ਵੀ ਪਾਇਆ ਕਨੋਂ ਨਿਸ਼ਚੇ ਦੇਖਾ ਕਟਿਓ ਗੰਡੇਆਲੀ ਪਾਈ ਜਾਣੀ ਹੈ ਗੋਲ ਗੋਲ ਪੀਸ ਕੱਟਿਆ ਹਨ ਕਨੇ ਸੁੱਕੀ ਦੇਖਾ ਮਸਾਲੇ ਵੀ ਪਾਈ ਜਾਣੇ ਹਨ ਤੇ ਦੇਖਾ ਲਗਭਗ ਅੱਧਾ ਕਿ ਚਮਚ ਹਲਦੀ ਪਾウダー ਪਾਈ ਜਾਣਾ ਹੈ ਕਨੇ ਇੱਕ ਕਿ ਚਮਚ ਬੀਨੇ ਦਾ ਪਾਊਡਰ ਪਾਈ ਜਾਣਾ ਹੈ ਯਾਨੀ ਕਿ ਧਨੀਆ ਪਾਊਡਰ ਕਰਸੋਗੀ ਥੋੜੇ ਦੇ ਲਾਲ ਮਿਰਚ ਪਾਊਡਰ ਪਾਈ ਜਾਣਾ ਹੈ ਕਹਿੰਦਾ ਸਵਾਦ ਅਨੁਸਾਰ ਲੂਣ ਪਾਈ ਜਾਣਾ ਹੈ ਕਹਿੰਦਾ ਹੁਣ ਸਾਰੀਆਂ ਚੀਜ਼ਾਂ ਵਧੀਆ ਗਈ ਮਿਕਸ ਕਰ ਦਿਆਂ ਤਈਆਂ ਜੀ ਮਸਾਲੇ ਵੀ ਵਧੀਆ ਬਨੋਈ ਜਾਂਦੇ ਅ ਗੰਢਿਆੜੀ ਜੀ ਸੋਗੀ ਕਹਿੰਦਾ ਹਾਂ ਦੀਏ ਜੀ ਗੰਢਿਆੜੀ ਬੜੀ ਸਵਾਦ ਬਣਨੀ ਹੈ ਬੜੀਆ ਜੀਆਂ ਆਲੂ ਫਰਾਈ ਬਣਾਉਂਦੇ ਤੇ ਇਹੇ ਸੇਮ ਤਰੀਕੇ ਨੇ ਗੰਢਿਆਲੀ ਫਰਾਈ ਲਗੀ ਉਹ ਬਣਾ ਕਨ ਬੜੀ ਵਧੀਆ ਲੱਗਦੀ ਖਾਣੇ ਉਹ ਤੇ ਦੇਖਾ ਵਧੀਆ ਕਿ ਮਿਕਸ ਕਰੀ ਤੇ ਨਾ ਮਸਾਲੇ ਕਨ ਓਣਾ ਪਤਲਾ ਢਕਣੀ ਨਹੀਂ ਹੈ ਬਿਨਾ ਢੱਕੇ ਹਾਂ ਗੰਢਿਆਲੀ ਜਿਹੜੀ ਇਸੇ ਪਕਾਣੀ ਹੈ ਫਰਾਈ ਕਰਨੀ ਹੈ ਭੁੰਨਣੀ ਹੈ ਤਾਂ ਬੜੀ ਵਧੀਆ ਸਵਾਦ ਆਉਂਦਾ ਤੇ ਦੇਖਾ ਸਾਰੇ ਮਸਾਲੇ ਮਿਕਸ ਕਰੀ ਤੇ ਨਾ ਕਨ ਹੁਣ ਵਿੱਚ ਵਿੱਚ ਦਿਖਦੇ ਰਹਿਣਾ ਤਾਂ ਲਗੋ 5 ਤੇ 6 ਮਿੰਟਾਂ ਹਾਂ ਗੰਢਿਆਲੀ ਜਿਹੜੀ ਇਸੇ ਬੜੀਆ ਕਿ ਭੁੰਨੀ ਲੈਣੀ ਹੈ ਤੇ ਦੇਖਾ ਗੰਢਿਆੜੀਏ ਸਬਜੀਓ ਪਕਦੇ ਇਲਾਵਾ ਗ 5 ਤੇ 6 ਮਿੰਟ ਹੋ ਜਾਂ ਨਾ ਕਨੇ ਤੁਹਾਂ ਦੇ ਕਿਸੇ ਦਿਨ ਕਿੰਨੀ ਵਧੀਆ ਬਨੋਦੀ ਐ ਦੇਖਾ ਕਿਤਨਾ 골ਡਨ ਬਰਾਊਨ ਦਾ ਕਲਰ ਲੱਗੀ ਪਿਆ ਹੋਣਾ ਕਨੇ 19 ਚਾਹ ਥੋੜ ਦੇ ਅਮਚੂਰ ਪਾਊਡਰ ਪਾਈ ਜਣਾ ਤੇ ਇਸ ਨਾਲ ਬੜਾ ਵਧੀਆ ਚਟਪਟਾ ਸਵਾਦ ਆ ਜਾਂਦਾ ਕਨੇ ਦੇ ਖਮਚੂਰ ਪਾਊਡਰ ਵੀ ਬੜੀ ਕੀ ਗੰਢਿਆੜੀਏ ਚ ਜਿਹੜਾ ਸੇ ਮਿਕਸ ਕਰੀ ਜਣਾ ਕਨੇ ਅਮਚੂਰੇ ਦਾ ਸਵਾਦ ਵੀ ਗੰਢਿਆੜੀਏ ਚ ਆਈ ਜਾਂ ਇਸ ਤੀ ਹਾਂ 2 ਤੇ 3 ਮਿੰਟ ਹੋਰ ਗੰਢਿਆੜੀ ਜਿਹੜੀ ਇਸ ਵਧੀਆ ਕੀ ਬੁੰਨੀ ਲੈਣੀ ਐ ਕਨਾਂਡਾ ਕਰਨੀ ਢੱਕਣਾ ਜੀ ਢੱਕਣ ਢਕੀਂਗੇ ਤਾਂ ਥੋੜਾ ਜਿਹਾ ਆ Orissa ਥੋੜੀ ਜਿਹਾ Delhi ਇਹ ਹੋਈ ਜਾਣਾ ਕਿਉਂ ਬਲ ਜਿਹਾ ਹੀ ਤਾਂ ਪਕਣੇ ਦੀ ਤੇ ਇਤਨੀ ਕੋਈ ਜ਼ਰੂਰਤ ਨਹੀਂ ਬਸ ਬਣਾਉਣਾ ਚਾਹੀਦੀ ਵਧੀਆ ਤਾਂ ਬੜਾ ਵਧੀਆ ਸਵਾਦ ਆਉਂਦਾ ਤਾਂ ਗੰਢਿਆੜੀ ਪਕਦੇ ਲਗਭਗ 8 ਤੇ 10 ਮਿੰਟ ਹੋ ਜਾਂਨ ਕਨਾਹਾ ਵਧੀਆ ਕੀ ਭੁੰਨੀ ਹੈ ਮਿਕਸ ਕਰਦੇ ਰਹਿਣ ਵਿੱਚ ਵਿੱਚ ਕਨੇ ਤੁਹਾ ਰੰਗ ਦਿਖੀ ਸਕਦੇ ਨੇ ਕਿਤਨਾ ਵਧੀਆ ਆਈ ਆ ਕਨੇ ਜੇ ਜੀਆਂ ਬਣੋਈ ਹੈ ਨਾ ਜੇ ਫਰਾਈ ਹੋਈ ਹੈ ਇਸ ਦਾ ਬੜਾ ਵਧੀਆ ਸਵਾਦ ਹੁੰਦਾ ਤਾਂ ਰੋਟੀਆ ਕਨੇ ਪਰਾਂਠੇ ਕਨੇ ਬੜੀ ਸਵਾਦ ਲੱਗਦੀ ਹੈ ਗੰਡੇ ਵਾਲੀ ਫਰਾਈ ਤਾਂ ਤੁਹਾਂ ਵੀ ਕੋਲਾ ਜਰੂਰ ਟਰਾਈ ਕਰਨੀ ਹੈ ਰੈਸਪੀ ਕਨੇ ਆਪਣਾ ਹੀ ਮਾਚਲੀ YouTube ਚੈਨਲ ਹੈ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਮੇਰੇ ਮਿਲਦੇ ਨੇ ਇੱਕ ਨਵੀਂ ਵੀਡੀਓ ਇਸ ਤੋਂ ਦਾ ਵੀਡੀਓ ਦੇਖਣੇ ਤੇ ਹੀ ਹੈ ਬੜਾ ਬੜਾ ਧੰਨਵਾਦ